ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਬਰ ਜ਼ੁਲਮ ਦੇ ਖਿਲਾਫ ਕਿੰਨੀਆਂ ਜੰਗਾਂ ਲੜੀਆਂ। ਮਹਾਰਾਜ ਨੇ ਚਾਰ ਜੰਗਾਂ ਲੜੀਆਂ ਅਤੇ ਇਹ ਚਾਰ ਜੰਗਾਂ ਕਿੱਥੇ ਕਿੱਥੇ ਲੜੀਆਂ? ਗੁਰਦੁਆਰਾ ਪਲਾਹ ਸਾਹਿਬ। ਹਾਂਜੀ, ਗੁਰਦੁਆਰਾ ਪਲਾਹ ਸਾਹਿਬ। ਅੱਛਾ ਜੀ, ਇਹ ਕਿਸ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ? ਹਾਂਜੀ, ਇਹ ਕਿਸ ਜਗ੍ਹਾ 'ਤੇ ਸੁਸ਼ੋਭਿਤ ਹਨ ਗੁਰਦੁਆਰਾ? ਮੀਰਾਕੋਟ। ਮੀਰਾਕੋਟ, ਅੱਛਾ ਹੋਰ ਜੀ। ਨਹੀਂ ਜੀ, ਗਲਤ ਆ ਜਵਾਬ। ਚਾਰ ਜੰਗਾਂ ਲੜੀਆਂ, ਪਹਿਲੀ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ, ਕਰਤਾਰਪੁਰ ਸਾਹਿਬ, ਸ੍ਰੀ ਹਰਗੋਬਿੰਦਪੁਰ, ਗੁਰੂਸਰ ਮਹਿਰਾਜ ਬਠਿੰਡੇ 'ਚ। ਮਹਾਰਾਜ ਨੇ ਚਾਰ ਜੰਗਾਂ ਲੜੀਆਂ ਸੱਚੇ ਪਾਤਸ਼ਾਹ ਜੀ ਨੇ। ਆਪਾਂ ਹੁਣ ਮਿਹਨਤ ਕਰਨੀ ਆ ਅੱਗੇ, ਹੁਣ ਸ਼ਸਤਰਾਂ ਦੇ ਨਾਲ ਨਾਲ ਸ਼ਾਸਤਰਾਂ ਦਾ ਗਿਆਨ ਵੀ ਤਾਂ ਜ਼ਰੂਰੀ ਆ ਨਾ? ਹਾਂਜੀ, ਠੀਕ ਆ ਜੀ। ਅਤੇ ਆਪਾਂ ਤਿਆਰੀ ਕਰਨੀ ਆ ਅੱਗੇ ਗਾਂ। ਦੇਖੀਏ ਪਰਫੋਰਮੈਂਸ, ਸਟ੍ਰੈਸ ਪਰੇ ਕਰ ਦਿਉ, ਹੁਣ ਪਰਫੋਰਮੈਂਸ ਦਿਖਾਓ। ਠੀਕ ਹੈ ਜੀ, ਬਹੁਤ ਵਧੀਆ ਲੱਗਾ ਜੀ ਆਇਆਂ ਨੂੰ, ਤੁਹਾਨੂੰ ਸਾਰੇ ਸਿੰਘਾਂ ਨੂੰ। ਇਹ ਸਨ ਸਾਡੇ ਟੋਪ ਫਾਈਨਲਿਸਟ ਭਾਈ ਅਮਨਦੀਪ ਸਿੰਘ ਜੀ। ਸੋ ਹੁਣ ਅੱਗੇ ਰਿਜ਼ਲਟ ਜੋ ਵੀ ਆ ਸਾਰੇ ਜੱਜਸ ਰਲ ਕੇ ਤਿਆਰ ਕਰਨਗੇ, ਅਤੇ ਤੁਹਾਡੀਆਂ ਜੋ ਪਿਛਲੀਆਂ ਪਰਫੋਰਮੈਂਸ ਪਲੱਸ ਕੁਐਸਚਨ ਆਨਸਰ ਜੋ ਤੁਸੀਂ ਫਾਈਨਲ ਪਰਫੋਰਮੈਂਸ ਕੀਤੀ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਰਿਜ਼ਲਟ ਮਿਲੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।